ਮੈਂ ਡਾਕਟਰ ਬਲਵਿੰਦਰ ਕੁਮਾਰ, ਸਿਵਲ ਸਰਜਨ ਹੁਸ਼ਿਆਰਪੁਰ। ਸਾਡੇ ਜ਼ਿਲ੍ਹੇ ਦੇ ਵਿੱਚ 3 ਕੇਸ ਰਿਪੋਰਟ ਹੋਏ ਆ ਜੀ। ਇੱਕ DMC ਲੁਧਿਆਣੇ ਤੋਂ, PGI ਚੰਡੀਗੜ੍ਹ ਤੋਂ ਅਤੇ ਅੰਮ੍ਰਿਤਸਰ ਤੋਂ। ਇਹ ਕੇਸ ਜਿਹੜੇ ਆ ਪਤਾ ਕਰਨ ਦੇ ਜੋ ਸਾਡੇ ਐਪੀਡੈਮਿਓਲੋਜਿਸਟ ਆ ਉਹਨਾਂ ਨੂੰ ਟਰੈਕ ਕੀਤਾ, ਉਹਨਾਂ ਦਾ ਪਤਾ ਕੀਤਾ, ਡਿਸਚਾਰਜ ਹੋ ਕੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ ਆ ਅਤੇ ਬਿਲਕੁਲ ਪੇਸ਼ੈਂਟ ਠੀਕ ਆ। ਅਤੇ ਮੈਂ ਆਪਣੇ ਸਮਾਜ ਨੂੰ, ਆਪਣੀ ਜਨਤਾ ਨੂੰ, ਆਪਣੀ ਪਬਲਿਕ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਆਵਾਗੌਣ ਬਾਹਰ ਨਾ ਨਿਕਲੋ, ਜ਼ਿਆਦਾ ਭੀੜ ਭੜੱਕੇ 'ਚ ਨਾ ਜਾਓ, ਮਾਸਕ ਲਾ ਕੇ ਰੱਖੋ ਅਤੇ ਹੱਥ ਵਰਤੋ, ਅਤੇ ਠੰਡ ਆ ਠੰਡ 'ਚ ਬਾਹਰ ਨਾ ਨਿਕਲੋ ਤਾਂ ਕਿ ਅਸੀਂ ਜਿਹੜੀ ਇਨਫੈਕਸ਼ਨ ਆ ਉਹ ਇੱਕ ਦੂਜੇ ਨੂੰ ਨਾ ਦੇ ਸਕੀਏ। ਅਤੇ ਠੰਡ ਤੋਂ ਬਚਾਓ ਕਰਾਂਗੇ ਤਾਂ ਅਸੀਂ ਬਿਮਾਰੀਆਂ ਜਿਹੜੀਆਂ ਸਰਦੀਆਂ 'ਚ ਹੋਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਬਚਾਓ ਰੱਖਾਂਗੇ। ਬਾਕੀ ਸਾਡਾ ਮਹਿਕਮਾ ਬਿਲਕੁਲ ਮੁਸਤੈਦੀ ਦੇ ਨਾਲ ਕੰਮ ਕਰ ਰਿਹਾ। ਅਸੀਂ ਐਤਵਾਰ ਜੋ ਸਾਨੂੰ ਪੰਜਾਬ ਸਰਕਾਰ ਵੱਲੋਂ ਗਾਈਡਲਾਈਨਸ ਆਉਂਦੀਆਂ ਅਸੀਂ ਉਹ ਲੋਕਾਂ ਨੂੰ ਦੱਸਦੇ ਹਾਂ, ਅਵੇਅਰਨੈਸ ਦਿੰਦੇ ਹਾਂ ਕਿ ਜਿਹੜੇ ਸਰਦੀਆਂ ਵਿੱਚ ਹੋਣ ਵਾਲੇ ਰੋਗ ਆ ਉਹਨਾਂ ਤੋਂ ਸਾਨੂੰ ਬਚਣਾ ਚਾਹੀਦਾ, ਜਿਹਦੇ ਨਾਲ ਸਾਡੀ ਸਿਹਤ ਅਤੇ ਜਾਨੀ ਅਤੇ ਮਾਲੀ ਨੁਕਸਾਨ ਸਾਡਾ ਨਾ ਹੋਵੇ। ਥੈਂਕ ਯੂ ਵੈਰੀ ਮੱਚ। ਮੈਂ ਡਾਕਟਰ ਬਲਵਿੰਦਰ ਕੁਮਾਰ, ਸਿਵਲ ਸਰਜਨ ਹੁਸ਼ਿਆਰਪੁਰ। ਸਾਡੇ ਜ਼ਿਲ੍ਹੇ ਦੇ ਵਿੱਚ 3 ਕੇਸ ਰਿਪੋਰਟ ਹੋਏ ਆ ਜੀ। ਇੱਕ DMC ਲੁਧਿਆਣੇ ਤੋਂ, PGI ਚੰਡੀਗੜ੍ਹ ਤੋਂ ਅਤੇ ਅੰਮ੍ਰਿਤਸਰ ਤੋਂ। ਇਹ ਕੇਸ ਜਿਹੜੇ ਆ ਪਤਾ ਕਰਨ ਦੇ ਜੋ ਸਾਡੇ ਐਪੀਡੈਮਿਓਲੋਜਿਸਟ ਆ ਉਹਨਾਂ ਨੂੰ ਟਰੈਕ ਕੀਤਾ, ਉਹਨਾਂ ਦਾ ਪਤਾ ਕੀਤਾ, ਡਿਸਚਾਰਜ ਹੋ ਕੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ ਆ ਅਤੇ ਬਿਲਕੁਲ ਪੇਸ਼ੈਂਟ ਠੀਕ ਆ। ਅਤੇ ਮੈਂ ਆਪਣੇ ਸਮਾਜ ਨੂੰ, ਆਪਣੀ ਜਨਤਾ ਨੂੰ, ਆਪਣੀ ਪਬਲਿਕ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਆਵਾਗੌਣ ਬਾਹਰ ਨਾ ਨਿਕਲੋ, ਜ਼ਿਆਦਾ ਭੀੜ ਭੜੱਕੇ 'ਚ ਨਾ ਜਾਓ, ਮਾਸਕ ਲਾ ਕੇ ਰੱਖੋ ਅਤੇ ਹੱਥ ਵਰਤੋ, ਅਤੇ ਠੰਡ ਆ ਠੰਡ 'ਚ ਬਾਹਰ ਨਾ ਨਿਕਲੋ ਤਾਂ ਕਿ ਅਸੀਂ ਜਿਹੜੀ ਇਨਫੈਕਸ਼ਨ ਆ ਉਹ ਇੱਕ ਦੂਜੇ ਨੂੰ ਨਾ ਦੇ ਸਕੀਏ। ਅਤੇ ਠੰਡ ਤੋਂ ਬਚਾਓ ਕਰਾਂਗੇ ਤਾਂ ਅਸੀਂ ਬਿਮਾਰੀਆਂ ਜਿਹੜੀਆਂ ਸਰਦੀਆਂ 'ਚ ਹੋਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਬਚਾਓ ਰੱਖਾਂਗੇ। ਬਾਕੀ ਸਾਡਾ ਮਹਿਕਮਾ ਬਿਲਕੁਲ ਮੁਸਤੈਦੀ ਦੇ ਨਾਲ ਕੰਮ ਕਰ ਰਿਹਾ। ਅਸੀਂ ਐਤਵਾਰ ਜੋ ਸਾਨੂੰ ਪੰਜਾਬ ਸਰਕਾਰ ਵੱਲੋਂ ਗਾਈਡਲਾਈਨਸ ਆਉਂਦੀਆਂ ਅਸੀਂ ਉਹ ਲੋਕਾਂ ਨੂੰ ਦੱਸਦੇ ਹਾਂ, ਅਵੇਅਰਨੈਸ ਦਿੰਦੇ ਹਾਂ ਕਿ ਜਿਹੜੇ ਸਰਦੀਆਂ ਵਿੱਚ ਹੋਣ ਵਾਲੇ ਰੋਗ ਆ ਉਹਨਾਂ ਤੋਂ ਸਾਨੂੰ ਬਚਣਾ ਚਾਹੀਦਾ, ਜਿਹਦੇ ਨਾਲ ਸਾਡੀ ਸਿਹਤ ਅਤੇ ਜਾਨੀ ਅਤੇ ਮਾਲੀ ਨੁਕਸਾਨ ਸਾਡਾ ਨਾ ਹੋਵੇ। ਥੈਂਕ ਯੂ ਵੈਰੀ ਮੱਚ। ਮੈਂ ਡਾਕਟਰ ਬਲਵਿੰਦਰ ਕੁਮਾਰ, ਸਿਵਲ ਸਰਜਨ ਹੁਸ਼ਿਆਰਪੁਰ। ਸਾਡੇ ਜ਼ਿਲ੍ਹੇ ਦੇ ਵਿੱਚ 3 ਕੇਸ ਰਿਪੋਰਟ ਹੋਏ ਆ ਜੀ। ਇੱਕ DMC ਲੁਧਿਆਣੇ ਤੋਂ, PGI ਚੰਡੀਗੜ੍ਹ ਤੋਂ ਅਤੇ ਅੰਮ੍ਰਿਤਸਰ ਤੋਂ। ਇਹ ਕੇਸ ਜਿਹੜੇ ਆ ਪਤਾ ਕਰਨ ਦੇ ਜੋ ਸਾਡੇ ਐਪੀਡੈਮਿਓਲੋਜਿਸਟ ਆ ਉਹਨਾਂ ਨੂੰ ਟਰੈਕ ਕੀਤਾ, ਉਹਨਾਂ ਦਾ ਪਤਾ ਕੀਤਾ, ਡਿਸਚਾਰਜ ਹੋ ਕੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ ਆ ਅਤੇ ਬਿਲਕੁਲ ਪੇਸ਼ੈਂਟ ਠੀਕ ਆ। ਅਤੇ ਮੈਂ ਆਪਣੇ ਸਮਾਜ ਨੂੰ, ਆਪਣੀ ਜਨਤਾ ਨੂੰ, ਆਪਣੀ ਪਬਲਿਕ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਆਵਾਗੌਣ ਬਾਹਰ ਨਾ ਨਿਕਲੋ, ਜ਼ਿਆਦਾ ਭੀੜ ਭੜੱਕੇ 'ਚ ਨਾ ਜਾਓ, ਮਾਸਕ ਲਾ ਕੇ ਰੱਖੋ ਅਤੇ ਹੱਥ ਵਰਤੋ, ਅਤੇ ਠੰਡ ਆ ਠੰਡ 'ਚ ਬਾਹਰ ਨਾ ਨਿਕਲੋ ਤਾਂ ਕਿ ਅਸੀਂ ਜਿਹੜੀ ਇਨਫੈਕਸ਼ਨ ਆ ਉਹ ਇੱਕ ਦੂਜੇ ਨੂੰ ਨਾ ਦੇ ਸਕੀਏ। ਅਤੇ ਠੰਡ ਤੋਂ ਬਚਾਓ ਕਰਾਂਗੇ ਤਾਂ ਅਸੀਂ ਬਿਮਾਰੀਆਂ ਜਿਹੜੀਆਂ ਸਰਦੀਆਂ 'ਚ ਹੋਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਬਚਾਓ ਰੱਖਾਂਗੇ। ਬਾਕੀ ਸਾਡਾ ਮਹਿਕਮਾ ਬਿਲਕੁਲ ਮੁਸਤੈਦੀ ਦੇ ਨਾਲ ਕੰਮ ਕਰ ਰਿਹਾ। ਅਸੀਂ ਐਤਵਾਰ ਜੋ ਸਾਨੂੰ ਪੰਜਾਬ ਸਰਕਾਰ ਵੱਲੋਂ ਗਾਈਡਲਾਈਨਸ ਆਉਂਦੀਆਂ ਅਸੀਂ ਉਹ ਲੋਕਾਂ ਨੂੰ ਦੱਸਦੇ ਹਾਂ, ਅਵੇਅਰਨੈਸ ਦਿੰਦੇ ਹਾਂ ਕਿ ਜਿਹੜੇ ਸਰਦੀਆਂ ਵਿੱਚ ਹੋਣ ਵਾਲੇ ਰੋਗ ਆ ਉਹਨਾਂ ਤੋਂ ਸਾਨੂੰ ਬਚਣਾ ਚਾਹੀਦਾ, ਜਿਹਦੇ ਨਾਲ ਸਾਡੀ ਸਿਹਤ ਅਤੇ ਜਾਨੀ ਅਤੇ ਮਾਲੀ ਨੁਕਸਾਨ ਸਾਡਾ ਨਾ ਹੋਵੇ। ਥੈਂਕ ਯੂ ਵੈਰੀ ਮੱਚ।